हिंदुस्तान में पैर रखते और जितने तक पाकिस्तान के पहलवान का सवाल एक कद्दा थोड़ा जा छोटा और उसके मुकाबले के विच चंद्र पाटी ने पाकिस्तान के पहलवान लेकिन बैलेंस मूव करने की कोशिश की थी क्योंकि पुष्पा के जेड़ा यानी अगर स्कूल भी गए हैं तो उत्थे भी जाके घंटे बाद सौ गए हैं सानू नहीं पता लगा कि पढ़ाई भी पढ़ाई हो रही है साढ़े चार पांच किलो दुध मैं रोज पीना सा मतलब मुख्तलिफ टाइम दे विच ना ढाई हजार बैठक लाना सा सुबह। अच्छा इस गल कि सच्चाई है कहते हैं कि पहलवान बुढ़ी उम्र च आके गिटे गोडे रह जाते हैं इन्नी एक्सरसाइज या खुराक खा के अंब खा के उन्हें दोपहर के टाइम पांच मिनट तो बाद रनिंग शुरू करती और कुछ छे कुछ चक्कर लगे और गश खा के थले जा पाया पुछया कि यार की वजह हुई है गश कहता मैं मेरी मंगेतर याद आ गई तो मैं डिग पे एक पंजाबी गाना सी नूरजहां दा छड झगड़े ते करिए प्यार की दम दे भरोसा यार दम आवे ना आवे अस्सलाम वालेकुम मैं सलीम अकबर तो तुम देख रहे हो चिट चैट विद सलीम अकबर। लो जी अज जिहड़े साडे मेहमान ने उन्हां दा तलक पहलवानी नाल है गुजरांवाले दे बहुत ही नामवर पहलवान रुस्तम गुजरांवाला होए रुस्तम पंजाब होए रुस्तम पाकिस्तान रुस्तम पाको हिंद इस तो अलावा इन्होंने इंग्लैंड दे अंदर आके भी ब्रिटिश ओपन तो अलावा भी काफ़ी ज़्यादा जिहड़े ने टाइटल जीते हुए ने तकरीबन 55 कंट्रीज दे विच ओह पाकिस्तान नूं रिप्रजेंट कर चुके ने बहुत ही नामवर पहलवान आओ तुहानू मिलवाने आ जनाब उमर पहलवान उमर भाई अस्सलाम वालेकुम ते थैंक यू वेरी मच जनाब के तुसी टाइम दिता। वालेकुम सलाम बड़ी मेहरबानी जनाब तुहाडी तुसी भी सानू याद कीता अपने प्रोग्राम दे विच। नहीं जनाब माशाल्लाह तुसी गुजरांवाले दे शहजादे हो जनाब रैसलर बड़े मशहूर हो तुसी ते मैं जरा लोकां नू दस दवां कि तुसी माशाल्लाह कोई 55 तो ज्यादा कंट्रीज दे अंदर पाकिस्तान नू रिप्रेजेंट कीता है ਤੁਸੀਂ ਰੁਸਤਮੇ ਪੰਜਾਬ ਰੁਸਤਮੇ ਗੁਜਰਾਂਵਾਲਾ ਰੁਸਤਮੇ ਪਾਕੋ ਹਿੰਦ ਤੁਸੀਂ ਗ੍ਰੇਟ ਬ੍ਰਿਟੇਨ ਗੋਲਡ ਮੈਡਲ ਜਿੱਤੇ ਹੋਏ ਹੋ ਬ੍ਰਿਟਿਸ਼ ਓਪਨ ਜਿੱਤੇ ਹੋਏ ਹੋ ਲੰਡਨ ਓਪਨ ਜਿੱਤੇ ਹੋਏ ਹੋ ਇਸ ਤੋਂ ਇਲਾਵਾ ਬਹੁਤ ਸਾਰੇ ਤੁਸੀਂ ਜਿਹੜੇ ਨੇ ਮੁਕਾਬਲੇ ਜਿੱਤੇ ਹੋਏ ਨੇ ਪਾਕਿਸਤਾਨ ਦਾ ਨਾਂ ਤੁਸੀਂ ਸਰ ਬੁਲੰਦ ਕੀਤਾ ਹੈ ਤੇ ਵੈਲ ਡਨ ਸਭ ਤੋਂ ਪਹਿਲੇ ਤਾਂ ਜਨਾਬ ਬੜੀ ਮਿਹਰਬਾਨੀ ਜਨਾਬ ਸ਼ੁਕਰੀਆ। ਅੱਛਾ ਸਭ ਤੋਂ ਪਹਿਲੇ ਤਾਂ ਇਹ ਦੱਸੋ ਉਮਰ ਬਾਈ ਕਿ ਤੁਸੀਂ ਪਹਿਲਵਾਨਾਂ ਦੀ ਕਿਹੜੀ ਫੈਮਿਲੀ ਤੋਂ ਤਲਕ ਰੱਖਦੇ ਹੋ ਤੁਹਾਡੇ ਫੋਰ ਫਾਦਰਸ ਜਿਹੜੇ ਸਨ ਵੱਡੇ ਉਹ ਕਿਹੜੇ ਕਿਹੜੇ ਮਸ਼ਹੂਰ ਪਹਿਲਵਾਨ ਸਨ? ਸਾਡੇ ਦਾਦਾ ਜੀ ਸਨ ਪੀਰਾ ਪਹਿਲਵਾਨ ਪੀਰ ਮੁਹੰਮਦ ਉਰਫ ਪੀਰਾ ਪਹਿਲਵਾਨ ਪਹਿਲਵਾਨ ਦੇ ਨਾਂ ਤੋਂ ਮਸ਼ਹੂਰ ਸਨ ਤੂੜੀ ਵਾਲੇ ਗੁਰਨਾਲ ਦੇ ਚ ਉਹਨਾਂ ਨੇ ਆਪਣਾ ਸਨ 1905 ਦੇ ਵਿੱਚ ਪਹਿਲਵਾਨੀ ਸਟਾਰਟ ਕੀਤੀ ਸੀ ਤੇ ਉਸ ਤੋਂ ਬਾਅਦ ਫਿਰ ਪਹਿਲਵਾਨੀ ਨਾਲ ਕਾਫੀ ਲਗਾਓ ਸੀ ਪਹਿਲਵਾਨ ਬਣੀਆਂ ਉਹਨਾਂ ਨੇ ਕੁਸ਼ਤੀਆਂ ਆਪਣੇ ਆਪਣਾ ਟਾਈਮ ਦੇ ਵਿੱਚ ਕੀਤੀਆਂ ਤੇ ਇੰਡੀਆ ਦੇ ਉਸ ਟਾਈਮ ਇੰਡੀਆ ਪਾਕਿਸਤਾਨ ਕਿਉਂਕਿ ਇਕੱਠਾ ਸੀ ਕੋਲਹਾਪੁਰ ਦੇ ਵਿੱਚ ਵੀ ਦਿੱਲੀ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ
ਉਹ ਕੁਸ਼ਤੀਆਂ ਲੜਦਾ ਰਿਹਾ ਜਾ ਕੇ। ਉਸ ਤੋਂ ਬਾਅਦ ਸਾਡੇ ਵਾਲਦ ਸਾਹਿਬ ਨੂੰ ਮੌਕਾ ਮਿਲਿਆ ਪਹਿਲਵਾਨੀ ਕਰਨ ਦਾ, ਸਾਥ ਨਾਲ ਉਹਨਾਂ ਨੇ ਆਪਣਾ ਨੌਕਰੀ ਵੀ ਵਾਪਡਾ ਦੇ ਵਿੱਚ ਮੁਲਾਜ਼ਮਤ ਕੀਤੀ, ਨਾਲ ਫਿਰ ਪਹਿਲਵਾਨੀ ਵੀ ਕਰਦੇ ਰਹੇ। ਉਹ ਇੰਨਾ ਖਾਸ ਅੱਛਾ ਟਾਈਮ ਨਹੀਂ ਉਹਨਾਂ ਨੂੰ ਮਿਲ ਸਕਿਆ, ਫਿਰ ਵੀ ਉਹਨਾਂ ਨੇ ਕਾਫੀ ਮੁਕਾਬਲੇ ਜਿਹਨੇ ਪੰਜਾਬ ਦੇ ਵਿੱਚ ਗੋਲਡ ਮੈਡਲ 2-3 ਵਾਰੀ ਜਿੱਤੇ ਆ, ਫਿਰ ਨੈਸ਼ਨਲ ਦੇ ਵਿੱਚ ਉਹਨਾਂ ਨੇ ਪੋਜੀਸ਼ਨ 3 ਪੋਜੀਸ਼ਨ ਵੀ ਆਈ, ਫਿਰ ਕਾਫੀ ਕੈਂਪ ਵੀ ਉਹਨਾਂ ਨੇ ਨੈਸ਼ਨਲ ਦੇ ਕੱਟੇ ਤੇ ਇੰਜ ਕਰਕੇ। ਉਸ ਤੋਂ ਬਾਅਦ ਜਦੋਂ ਸਾਡਾ ਟਾਈਮ ਆਇਆ, ਸਾਨੂੰ ਉਹਨਾਂ ਨੇ ਬੜੇ ਅੱਛੇ ਤਰੀਕੇ ਦੇ ਨਾਲ ਫਿਰ ਸਾਡੇ ਵਾਲਾ ਸਾਹਿਬ ਨੇ ਸਾਨੂੰ ਭਲਵਾਨੀ ਕਰਾਈ, ਕਿਉਂਕਿ ਸਾਡਾ ਦਾਦਾ ਕਹਿੰਦਾ ਸੀ ਕਿ ਇਹਨਾਂ ਨੂੰ ਭਲਵਾਨ ਬਣਾਉਣਾ ਹੈ, ਇਹਨਾਂ ਨੂੰ ਭਲਵਾਨੀ ਸ਼ੁਰੂ ਕਰਾਉਣੀ ਹੈ, ਲਾਜ਼ਮੀ ਭਲਵਾਨੀ ਕਰਾਉਣੀ ਭਾਵੇਂ ਜੋ ਉਮਰ ਦੇ। ਫਿਰ ਵਾਲਦ ਸਾਹਿਬ ਨੇ ਸਾਡੇ ਕਰਾਈ ਸਾਨੂੰ ਤਿੰਨਾਂ ਚਾਰਾਂ ਭਾਈਆਂ ਨੂੰ, ਤਾਂ ਅਲਹਮਦੁਲਿਲਾ ਫਿਰ ਅਸੀਂ ਚਾਰੇ ਇੱਕ ਵਕਤ ਦੇ ਵਿੱਚ ਪਾਕਿਸਤਾਨ ਦੇ ਗੋਲਡ ਮੈਡਲ ਵੀ ਹੋਏ, ਫਿਰ ਮੁਖਤਲਿਫ ਮੁਕਾਬਲਿਆਂ ਦੇ ਵਿੱਚ ਪਾਕਿਸਤਾਨ ਦੀ ਨੁਮਾਇੰਦਗੀ ਵੀ ਅਸੀਂ ਚਾਰਾਂ ਨੇ ਕੀਤੀ। ਅੱਛਾ, ਤੇ ਤੁਹਾਡੇ ਵਾਲਦ ਸਾਹਿਬ ਨੇ ਤੁਹਾਨੂੰ ਭਲਵਾਨੀ ਸ਼ੁਰੂ ਕਰਾਈ, ਤੇ ਤੁਹਾਡੇ ਬਾਕੀ ਦੇ ਭਾਈਆਂ ਦੇ ਬਾਰੇ ਵੀ ਤੁਸੀਂ ਸਾਨੂੰ ਜ਼ਰਾ ਦੱਸੋ ਕਿ ਕਿਹੜੇ ਕਿਹੜੇ ਤੁਹਾਡੇ ਭਾਈ ਨੇ ਜਿਹੜੇ, ਕਿਹੜੇ ਕਿਹੜੇ ਤੁਸੀਂ ਮੈਡਲ ਜਿੱਤੇ ਹੋਏ ਪਾਕਿਸਤਾਨ ਵਾਸਤੇ? ਜੀ, ਮੇਰਾ ਛੋਟਾ ਭਾਈ, ਮੇਰੇ ਤੋਂ ਛੋਟਾ ਜਿਹੜਾ ਹੈ, ਉਸਮਾਨ ਪਹਿਲਵਾਨ ਨਾਂ ਉਹਦਾ, ਮੁਹੰਮਦ ਉਸਮਾਨ, ਉਹਨੇ ਵੀ ਸਾਊਥ ਏਸ਼ੀਅਨ ਗੇਮਸ ਦੇ ਗੋਲਡ ਮੈਡਲ ਲਿਆ, ਤੇ 12 ਸਾਲ ਮੁਸਲਸਲ ਪਾਕਿਸਤਾਨ ਦੇ ਵਿੱਚ ਨੈਸ਼ਨਲ ਚੈਂਪੀਅਨ, ਨੈਸ਼ਨਲ ਗੇਮਸ, ਕਾਜ਼ਮ ਟਰਾਫੀ ਦੇ ਗੋਲਡ ਮੈਡਲ ਜਿੱਤਦੇ ਰਹੇ। ਉਸ ਤੋਂ ਬਾਅਦ ਉਹਨੇ ਵੀ ਪਾਕਿਸਤਾਨ ਟੀਮ ਦੇ ਨਾਲ ਕਾਫੀ ਮੁਲਕਾਂ 'ਚ ਪਾਰਟੀਸਪੇਟ ਕੀਤਾ, ਈਵਨ ਕਿ ਬ੍ਰਿਟਿਸ਼ ਓਪਨ ਦੇ ਵਿੱਚ ਵੀ ਉਹਨੇ ਗੋਲਡ ਮੈਡਲ ਜਿੱਤਿਆ, ਤੇ ਉਸ ਤੋਂ ਬਾਅਦ ਕਾਫੀ ਹੋਰ ਮੁਲਕਾਂ 'ਚ ਉਹਨੇ ਪਾਰਟੀਸਪੇਟ ਕੀਤਾ ਸਾਡੇ ਨਾਲ ਹੀ। ਤੇ ਉਸ ਤੋਂ ਛੋਟਾ ਮੁਹੰਮਦ ਅਲੀ ਪਹਿਲਵਾਨ, ਉਹਨੇ ਰੁਸਤਮ ਹਿੰਦ ਦਾ ਖਿਤਾਬ ਵੀ 1999 ਜਿੱਤਿਆ ਇੰਡੀਆ ਦੇ ਵਿੱਚ। ਉਸ ਤੋਂ ਬਾਅਦ ਫਿਰ ਉਹਨੇ ਤਕਰੀਬਨ ਕੋਈ 50 ਮੁਲਕਾਂ 'ਚ ਉਹਨੇ ਵੀ ਪਾਕਿਸਤਾਨ ਦੀ ਟੀਮ ਦੀ ਨੁਮਾਇੰਦਗੀ ਕੀਤੀ, ਜਿਹਦੇ 'ਚ ਓਲੰਪਿਕ ਕੁਆਲੀਫਾਇਰ ਰਾਊਂਡ, ਏਸ਼ੀਅਨ ਗੇਮਸ, ਕਾਮਨਵੈਲਥ ਗੇਮਸ, ਬ੍ਰਿਟਿਸ਼ ਓਪਨ, ਔਰ ਇਸ ਤੋਂ ਇਲਾਵਾ ਬੇਸ਼ੁਮਾਰ ਸੈਫ ਗੇਮਸ, ਆਪਣਾ ਏਸ਼ੀਅਨ ਗੇਮਸ ਵਗੈਰਾ ਦੇ ਵਿੱਚ ਉਹਨੇ ਪਾਰਟੀਸਪੇਟ ਕੀਤਾ। ਅਤੇ ਉਸ ਤੋਂ ਛੋਟਾ ਸਾਡਾ ਭਾਈ ਸਲਮਾਨ, ਉਹਨੇ ਵੀ ਕਾਫੀ ਕੰਪੀਟੀਸ਼ਨ ਦੇ ਵਿੱਚ ਪਾਰਟੀਸਪੇਟ ਕੀਤਾ, ਪਾਕਿਸਤਾਨ ਦੀ ਨੁਮਾਇੰਦਗੀ ਕੀਤੀ। ਕੀ ਵਜ੍ਹਾ ਕਿ ਗੁਜਰਾਂਵਾਲਾ ਦੇ ਵਿੱਚ ਪਹਿਲਵਾਨੀ ਬੜੀ ਮਸ਼ਹੂਰ ਹੈ ਤੇ ਗੁਜਰਾਂਵਾਲਾ ਪਹਿਲਵਾਨਾਂ ਦੀ ਵਜ੍ਹਾ ਤੋਂ ਬੜਾ ਮਸ਼ਹੂਰ ਹੈ, ਇਹਦੀ ਹਿਸਟਰੀ ਕੀ ਹੈ, ਕੀ ਵਜ੍ਹਾ? ਗੁਜਰਾਂਵਾਲਾ ਦੇ ਵਿੱਚ ਜਿੰਨੀ ਸਾਡੇ ਆਪਣਾ ਸ਼ਹਿਰਦਾਰ ਲੋਕ ਨੇ, ਉਹ 100 ਚੋਂ 95% ਲੋਕ ਪਹਿਲਵਾਨੀ ਨੂੰ ਪਸੰਦ ਕਰਦੇ ਹਨ। ਅਤੇ ਉੱਥੇ ਇਹ ਰਵਾਇਤ ਗੁਰਨਾਲ ਦੇ ਵਿੱਚ ਕਿ ਮੁੰਡੇ ਨੂੰ ਭਲਵਾਨ ਬਣਾਓ, ਚਲੋ ਭਲਵਾਨ ਨਾ ਬਣੇਗਾ ਤਾਂ ਸਾਂਭ ਤੇ ਬਣੇਗਾ ਨਾ, ਤਗੜਾ ਤੇ ਹੋਏਗਾ ਨਾ। ਤਾਂ ਇਸ ਨੀਅਤ ਨਾਲ ਹਰ ਪੁਰਾਣੇ ਵਕਤਾਂ 'ਚ ਹਰ ਬੰਦਾ ਆਪਣੇ ਬੱਚੇ ਨੂੰ ਤੇਲ ਜ਼ਰੂਰ ਮਿਲਵਾਉਂਦਾ ਸੀ, ਡੰਡ ਬੈਠਕਾਂ ਜ਼ਰੂਰ ਲਵਾਉਂਦਾ ਸੀ, ਤਾਂ ਕਿ ਦੋ ਬੰਦਿਆਂ ਦੇ ਨਾਲ ਲੜਨ ਜੋਗਾ ਹੋਈ ਹੈ, ਯਾਨੀ ਤਗੜਾ ਟੁਰਦਾ ਫਿਰਦਾ ਸੋਹਣਾ ਲੱਗੇ। ਤੇ ਉਹਨਾਂ ਦੇ ਵਿੱਚੋਂ ਫਿਰ ਬੇਸ਼ੁਮਾਰ ਪਹਿਲਵਾਨ ਵੀ ਨਿਕਲ ਆਉਂਦੇ ਸਨ। ਅੱਜ ਵੀ ਅਲਹਮਦੁਲਿਲਾ ਗੁਰਨਾਲਾ ਪਾਕਿਸਤਾਨ ਦੀ ਪਹਿਲਵਾਨੀ 'ਚ ਨੰਬਰ 1 ਨੇ। ਅਗਰ 10 ਮੁਕਾਬਲੇ ਹੁੰਦੇ ਨੇ ਆਪਣਾ ਪਾਕਿਸਤਾਨ ਦੇ ਨੈਸ਼ਨਲ ਚੈਂਪੀਅਨਸ਼ਿਪ 10 ਕਲਾਸਾਂ ਨੇ, ਉਹਨਾਂ 'ਚ ਮੁਕਾਬਲੇ ਹੁੰਦੇ ਨੇ, 8 ਗੋਲਡ ਮੈਡਲ ਗੁਰਨਾਲਾ ਇਕੱਲਾ ਜਿੱਤਦਾ। ਤੇ ਬਚਪਨ 'ਚ ਤੁਸੀਂ ਭਲਵਾਨੀ ਸਿਰਫ ਖਾੜੇ ਜਾ ਕੇ ਕਰਦੇ ਸੋ ਜਾਂ ਗਲੀ ਮਹੱਲੇ ਤੇ ਘਰ ਵੀ ਛੋਟਿਆਂ ਨੂੰ ਪੈਂਟੀ ਲਾ ਦਿੰਦੇ ਸੋ? ਇਹ ਤਾਂ ਮਾਮੂਲ ਸੀ ਲੜਾਈਆਂ ਤੋਂ, ਤੁਹਾਨੂੰ ਪਤਾ ਜਦੋਂ ਬੱਚੇ ਖੇਡਦੇ ਹੋਣ ਤਾਂ ਲੜਾਈਆਂ ਤਾਂ ਉਹਨਾਂ ਦੀਆਂ ਲਾਜ਼ਮੀ ਗੱਲ, ਜਿੱਥੇ ਵੀ ਜਾਣਾ ਹੋਣੀਆਂ ਨੇ। ਸਕੂਲ 'ਚ ਵੀ ਅਕਸਰ ਲੜਾਈ ਹੋ ਜਾਂਦੀ ਸੀ ਸਕੂਲ ਦੇ ਮੁੰਡਿਆਂ ਨਾਲ, ਉਹਨਾਂ ਨੂੰ ਫਿਰ ਪੱਟ ਕੱਢ ਕੇ ਅੱਗੇ ਸੁੱਟ ਲੈਣਾ, ਉੱਤੋਂ ਮਾਰਨਾ ਸ਼ੁਰੂ ਕਰ ਦੇਣਾ, ਗਲੀ 'ਚ ਵੀ ਹੋਣੀ, ਅਤੇ ਉਹਨਾਂ ਦਾ ਉਹ ਭਲਵਾਨੀ ਵਾਲਾ ਅੰਦਾਜ਼ ਸੀ, ਕਿਉਂਕਿ ਆਮ ਬੱਚੇ ਨਾਲੋਂ ਭਲਵਾਨੀ ਕਰਨ ਵਾਲਾ ਬੱਚਾ ਤਾਂ ਢੇਰ ਤਕੜਾ ਹੁੰਦਾ, ਉਹ ਫਿਰ ਮਹਿਸੂਸ ਨਹੀਂ ਹੁੰਦਾ, ਇੱਕ ਇੱਕ ਵਾਰੀ ਲੜਾਈ ਹੁੰਦੀ, ਮੁੜ ਕੇ ਫਿਰ ਸਾਰੇ ਜਿਹੜੇ ਨੇ ਉਹ ਇਸ ਚੀਜ਼ ਤੋਂ ਸਮਝ ਜਾਂਦੇ ਨੇ ਕਿ ਹੁਣ ਇਹਨਾਂ ਲੜੇ ਦੇ ਸਾਨੂੰ ਉਹਨੇ ਮਾਰਨਾ ਬੜਾ ਸੁੱਟ ਕੇ ਥੱਲੇ। ਤੇ ਇਹ ਭਲਵਾਨੀ ਦਾ ਮੇਨ ਜਿਹੜਾ ਐਕਸ਼ਨ ਹੈ, ਕਿਸੇ ਨੂੰ ਆਪਣਾ ਲੜਾਈ ਦੇ ਵਿੱਚ ਪੱਟ ਕੱਢ ਕੇ ਥੱਲੇ ਸੁੱਟ ਕੇ ਉੱਤੋਂ ਮਾਰਨਾ ਸ਼ੁਰੂ ਕਰ ਦੇਣਾ, ਕਿਉਂਕਿ ਹਰ ਬੰਦੇ ਨੂੰ ਇਸ ਚੀਜ਼ ਦਾ ਪਤਾ ਨਹੀਂ ਹੁੰਦਾ ਕਿ ਮੈਂ ਮੇਰੇ ਪੱਟ ਵੀ ਨਿਕਲ ਜਾਣਗੇ, ਮੈਨੂੰ ਕੋਈ ਬੰਦਾ ਥੱਲੇ ਵੀ ਸੁੱਟ ਲਿਆਗਾ। ਉਮੂਮਨ ਲੋਕ ਮੁੱਕੇ ਨਾਲ ਲੜਦੇ ਨੇ, ਭਲਵਾਨਾਂ ਦਾ ਜਿਹੜਾ ਇਹ ਰਵਾਇਤੀ ਸਟਾਈਲ ਹੈ, ਬੰਦੇ ਨੂੰ ਪੱਟ ਕੱਢ ਕੇ ਥੱਲੇ ਸੁੱਟ ਲੈਣਾ, ਤੇ ਉਹ ਫਿਰ ਉੱਤੋਂ ਜੋ ਦਿਲ ਕਰ ਰਿਹਾ ਕਰਨਾ। ਤੇ ਤੁਸੀਂ ਆਪਣੇ ਜਿਹੜੇ ਮਸ਼ਹੂਰ ਟਾਈਟਲ ਨੇ, ਇਹਨਾਂ ਦੇ ਬਾਰੇ ਸਾਨੂੰ ਕੁਛ ਦੱਸੋ ਕਿ ਕਿਹੜੇ ਕਿਹੜੇ ਟਾਈਟਲ ਤੁਸੀਂ ਜਿੱਤੇ ਹੋਏ ਹੋ ਮਸ਼ਹੂਰ? ਸਭ ਤੋਂ ਛੋਟੀ ਉਮਰੇ ਪਾਕਿਸਤਾਨ ਦਾ ਰਿਕਾਰਡ ਹੈ ਕਿ ਮੈਂ 15 ਸਾਲ ਦੀ ਏਜ ਦੇ ਪਾਕਿਸਤਾਨ ਦਾ ਸੀਨੀਅਰ ਨੈਸ਼ਨਲ ਚੈਂਪੀਅਨ ਹੋ ਗਿਆ ਸਾਂ 48 ਕਿਲੋ ਵਜ਼ਨ ਦੇ ਵਿੱਚ। ਤੇ ਦੇਸੀ ਕੁਸ਼ਤੀ ਫਿਰ ਮੈਂ ਆ ਕੇ ਕਾਫੀ ਦੇਰ ਬਾਅਦ ਸਟਾਰਟ ਕੀਤੀ, ਉਹ ਵੱਡੀਆਂ ਪਹਿਲੀ ਕੁਸ਼ਤੀ ਮੇਰੀ ਪਾਕਿਸਤਾਨ ਦੇ ਵੱਡੇ ਭਲਵਾਨ ਨਾਲ ਹੋਈ ਸੀ, ਉਹ ਵੀ ਰੁਸਤਮ ਗੁਰਨਾਲ ਦਾ ਫਾਈਨਲ ਸੀ, ਆਪਣਾ ਪਾਕਿਸਤਾਨ ਦਾ ਮਸ਼ਹੂਰ ਭਲਵਾਨ ਸੀ ਸ਼ਾਹਦ ਬਾਬਰ, ਯੂਨਸ ਪਹਿਲਵਾਨ ਸਤਾਰਾ ਪਾਕਿਸਤਾਨ ਦਾ ਉਹ ਭਤੀਜਾ, ਤੇ ਗੁਰਨਾਲ ਦਾ ਰੁਸਤਮ ਗੁਰਨਾਲ ਵਿੱਚ ਮੇਰਾ ਤੇ ਉਹਦਾ ਫਾਈਨਲ ਆਇਆ ਸੀ। ਉਹ ਮੇਰੀ ਜ਼ਿੰਦਗੀ ਦਾ ਪਹਿਲਾ ਮਤਲਬ ਦੇਸੀ ਕੁਸ਼ਤੀ ਦਾ ਜਿਹੜਾ ਨਾ ਵੱਡੇ ਭਲਵਾਨ ਦੇ ਨਾਲ ਸਟਾਰਟ ਸੀ। ਉਸ ਤੋਂ ਬਾਅਦ ਫਿਰ ਬੇਸ਼ੁਮਾਰ ਵਕਤ ਦੇ ਨਾਲ ਨਾਲ ਚੇਂਜਿੰਗ ਆਉਂਦੀ ਰਹੀ ਹੈ, ਭਲਵਾਨ ਬਦਲਦੇ ਰਹੇ ਨੇ, ਫਿਰ ਪੂਰੇ ਪਾਕਿਸਤਾਨ ਦੇ ਵਿੱਚ ਐਨ ਜੀ ਦੰਗਲਾਂ ਦੇ ਵਿੱਚ ਕੁਸ਼ਤੀਆਂ ਜਿਹੜੀਆਂ ਨੇ ਹੁੰਦੀਆਂ ਰਹੀਆਂ ਨੇ।
अच्छा ते अपनी लाइफ दा कोई तुहाडा सब तो मशहूर दंगल जिन जीत के तुहानू जेन्युइनली बड़ी ज्यादा खुशी होए? खुशी ते वेखो तकरीबन हर फाइट ते बंदे नू हुंदी है, कुछ ऐसियां फाइटां ने विच जिहड़ियां जीत के बड़ा खुशी बंदे नू महसूस हुंदी है। उहदे च एनजी एक कंपीटिशन सी सैफ गेम्स दा 2004 दे विच इस्लामाबाद सैफ गेम्स, उहदे इंडिया दे भलवान दे नाल फाइनल फाइट आई सी, जिदे विच बड़ा सख्त मुकाबले तो बाद मैं इंडिया दे भलवान नू अपना जीत के गोल्ड मेडल लिया, जिदे जनरल मुशरफ साहब ने सानू 10-10 लाख रुपया इनाम भी दिता है। तुसीं आके इंग्लैंड आके भी काफी देर कुश्तियां खेलदे रहे हो ते जीते हो काफी मुकाबले, इत्थे इत्थे दा एक्सपीरियंस तुहानू कैसा रहा? जी बिल्कुल, ए इंग्लैंड दे विच मैं बहुत कंपीटीशन खेडे हां, जिन्हां दे विच हुंदे कई कंपीटीशन ऐसे ने जिन्हां दा नाम मैनूं याद नहीं, ते वड्डे वड्डे कंपीटीशन याद ने जिहदे च इंग्लिश चैंपियनशिप सी, ब्रिटिश ओपन सी, उस तों बाद लंदन ओपन सी, उस तों बाद काफ़ी सिखां दे जिहड़े मेले हुंदे ने तुसीं जानदे हो कि जुलाई जून जुलाई अगस्त दे विच मेले इहनां दे हुंदे ने, इह वी मैं 2 साल इहनां मेलिआं दे उत्ते हर मेले ते वी खेडे हां, जा के स्लो दे विच लंदन साउथ हाल विच, उस तों बाद बार्किंग दे विच रीडिंग दे विच बेशुमार जगह दे उत्ते मामलात जड़े ने मतलब एंजॉय दे, उस तों बाद जड़े गद्दे दी कुश्ती सी उत्थे ओह ज़्यादा उन्हां दी जड़ी ब्रिटिश रैसलिंग एसोसीएशन है ओह ऑर्गेनाइज करती सी, जिवें उन्हां ने लंदन ओपन कीती लंदन दे विच कैंसिंगटन स्पोर्ट्स सेंटर दे विच, फिर उन्होंने ब्रिटिश ओपन जड़ी ओह ऑर्गेनाइज कीती ग्लासगो दे विच, उस तों बाद इंग्लिश चैंपियनशिप उन्होंने ऑर्गेनाइज कीती मानचेस्टर रैसलिंग अकैडमी दे विच, एंड काफ़ी मुकाबले मैं उत्थे लड़े जिदे अलहमदुल्ला मैं ज्यादा अगर 100 मुकाबला उत्थे लड़े हैं उदे च अलहमदुल्ला मैं 99 मुकाबले जीते हैं, सिर्फ एक मुकाबला मैं उत्थे फाइनल दे विच हारिया सां, वो सी ईरान दा भलवान सी, वो भी वर्ल्ड चैंपियन सी, वो मेरे वेट दे विच उहदी मेरी फाइनल फाइट आ गई, तो उहने मैनू सिर्फ जिहड़ा ना ईरानी भलवान ने उत्थे 3-4 पॉइंटां तों मैनू जित लिया, क्योंकि वह है भी सीनियर सी ਉਦੋਂ, ਮੈਂ ਵੀ ਬਿਲਕੁਲ ਸਮਝ ਲਓ 20-21 ਸਾਲ ਏਜ ਸੀ ਜਦੋਂ ਮੈਂ ਇੰਗਲੈਂਡ ਆਪਣਾ ਇਹ ਸਾਰੇ ਕੰਪੀਟੀਸ਼ਨ ਖੇਡਦਾ ਰਿਹਾ। ਤੇ ਜਦੋਂ ਤੁਸੀਂ ਆਪਣੀ ਮੈਚਾਂ ਦੀ ਜਾਂ ਕਿਸੇ ਟੂਰਨਾਮੈਂਟ ਦੀ ਜਾਂ ਉਹਦੀ ਤਿਆਰੀ ਕਰ ਰਹੇ ਹੁੰਦੇ ਹੋ, ਉਦੋਂ ਤੁਹਾਡੀ ਖੁਰਾਕ ਡੇਲੀ ਖੁਰਾਕ ਰਫਲੀ ਕੈਸੀ ਹੁੰਦੀ ਹੈ? ਹਾਂ, ਬੜਾ ਅੱਛਾ ਤੁਹਾਡਾ ਸਵਾਲ ਹੈ। ਇਹ ਜਿਹੜੀ ਖੁਰਾਕ ਹੈ, ਇਸ ਤੋਂ ਬਗੈਰ ਕੋਈ ਵੀ ਗੇਮ ਅੱਛਾ ਸਪੋਰਟਸਮੈਨ ਨਹੀਂ ਬਣ ਸਕਦਾ, ਕੋਈ ਵੀ ਗੇਮ ਨਹੀਂ ਹੋ ਸਕਦੀ। ਅਤੇ ਪਹਿਲਵਾਨ ਕਿਉਂਕਿ ਉਮੂਮੀ ਤੌਰ 'ਤੇ ਖੁਰਾਕ ਤੋਂ ਖੁਰਾਕ ਖਾਣ ਦੇ ਬਾਰੇ 'ਚ ਉਂਝ ਬਹੁਤ ਜ਼ਿਆਦਾ ਮਸ਼ਹੂਰ ਨੇ, ਅਤੇ ਇਹਦੇ 'ਚ ਸ਼ੱਕ ਵੀ ਕੋਈ ਨਹੀਂ ਕਿ ਪਹਿਲਵਾਨਾਂ ਦੀ ਖੁਰਾਕ ਆਮ ਬੰਦੇ ਨਾਲ ਬਹੁਤ ਤਕੜੀ ਹੁੰਦੀ ਹੈ। ਲਿਆਦਾ ਮੈਂ ਜਦੋਂ ਆਪਣਾ ਮੇਰਾ ਵੇਟ 70 ਕਿਲੋ ਹੋਇਆ ਅਤੇ ਮੇਰੀ ਉਸ ਵਕਤ ਖੁਰਾਕ ਜਿਹੜੀ ਸੀ ਮਤਲਬ 4.5-5 ਕਿਲੋ ਦੁੱਧ ਮੈਂ ਰੋਜ਼ ਪੀਂਦਾ ਸਾਂ, ਮਤਲਬ ਮੁਖਤਲਿਫ ਟਾਈਮ ਦੇ ਵਿੱਚ ਨਾ, ਯਾਨੀ ਸੁਬਹਾ ਫਜਰ ਤੋਂ ਬਾਅਦ ਟ੍ਰੇਨਿੰਗ ਕੀਤੀ ਹੈ 1 ਕਿਲੋ ਪੀ ਲਿਆ, ਫਿਰ 10 ਵਜੇ ਦੇ ਨਾਲ 1/2 ਕਿਲੋ ਪੀ ਲਿਆ, ਫਿਰ ਦੁਪਹਿਰ ਖਾਣਾ ਖਾਣ ਤੋਂ ਬਾਅਦ ਪੀ ਲਿਆ, ਫਿਰ ਸ਼ਾਮ ਨੂੰ ਟ੍ਰੇਨਿੰਗ ਕਰਕੇ ਫਿਰ 1-1.5 ਕਿਲੋ ਪੀ ਲਿਆ, ਇੰਝ ਕਰਕੇ ਸੌਣ ਵਕਤ ਵੀ 1 ਕਿਲੋ ਪੀ ਲਿਆ, ਇਹ ਖੁਦ ਪੂਰੇ ਦਿਨ ਦੇ ਵਿੱਚ 5 ਕਿਲੋ ਦੁੱਧ ਜਿਹੜਾ ਨਾ ਅਸੀਂ ਮੁਕਾਉਣਾ ਹੁੰਦਾ ਸੀ, ਉਸ ਤੋਂ ਬਾਅਦ ਤਕਰੀਬਨ 1-1.25 ਕਿਲੋ ਗੋਸ਼ਤ ਜਿਹੜਾ ਇਹ 2 ਟਾਈਮਾਂ 'ਚ ਖਾਣਾ ਹੁੰਦਾ ਸੀ, ਦੁਪਹਿਰ ਨੂੰ ਵੀ ਅਤੇ ਸ਼ਾਮ ਨੂੰ ਵੀ, ਉਸ ਤੋਂ ਬਾਅਦ ਸ਼ਰਬਤ ਜਿਹੜਾ ਜਦੋਂ ਮਿਹਨਤ ਲਾਉਣੀ ਹੈ ਸ਼ਰਬਤ, ਮਿਹਨਤ ਲਾਉਣ ਤੋਂ ਪਹਿਲਾਂ ਸ਼ਰਬਤ ਪੀਣਾ, ਫਿਰ ਮਿਹਨਤ ਦੇ ਦੌਰਾਨ ਵੀ ਸ਼ਰਬਤ ਪੀਣਾ, ਅਤੇ ਟ੍ਰੇਨਿੰਗ ਜਦੋਂ ਭਲਵਾਨਾਂ ਨਾਲ ਜ਼ੋਰ ਹੋਣੇ ਨੇ ਯਾਨੀ ਕੁਸ਼ਤੀ ਦੀ ਟ੍ਰੇਨਿੰਗ ਹੋਣੀ ਹੈ ਉਹਦੇ 'ਤੇ ਉਸ ਤੋਂ ਪਹਿਲਾਂ ਵੀ ਸ਼ਰਬਤ ਪੀਣਾ ਅਤੇ ਦਰਮਿਆਨ ਵੀ ਸ਼ਰਬਤ ਪੀਣਾ, ਫਿਰ ਮੁਰੱਬਿਆਂ ਦਾ ਵੀ ਟਾਈਮ ਚੱਲਦਾ ਸੀ, ਮੁਰੱਬਾ ਵੀ ਆਪਣਾ ਮਿਹਨਤ ਤੋਂ ਪਹਿਲਾਂ ਥੋੜ੍ਹਾ ਖਾਣਾ ਪੈਂਦਾ ਸੀ, ਅਤੇ ਜਿਹੜਾ ਦੇਸੀ ਘਿਓ ਹੈ ਜਿਹੜੀ ਸਾਡਾ ਗੋਸ਼ਤ ਪੱਕਦਾ ਸੀ ਉਹ ਦੇਸੀ ਘਿਓ ਦੇ ਵਿੱਚ ਉਹਨੂੰ ਜਿਹੜਾ ਨਾ ਪਕਾਇਆ ਜਾਂਦਾ ਸੀ, ਚਾਹੇ ਵਿੱਚ ਸਬਜ਼ੀ ਵੀ ਕਦੀ ਪੈ ਜਾਂਦੀ ਸੀ ਕਦੀ ਦਾਲ ਵੀ ਪੈ ਜਾਂਦੀ ਸੀ, ਇੰਝ ਕਰਕੇ ਮੁਖਤਲਿਫ ਜਿਹੜਾ ਵੰਡ ਕੇ ਇਹ ਜਿਹੜਾ ਨਾ ਖਾਣਾ ਪੱਕਦਾ ਸੀ, ਗੋਸ਼ਤ ਲਾਜ਼ਮੀ ਹੁੰਦਾ ਸੀ 2 ਟਾਈਮ ਸੁਬਹਾ ਵੀ ਸ਼ਾਮ ਵੀ, ਅਤੇ ਖੁਰਾਕ ਜਿਹੜੀ ਹੈ ਉਸ ਤੋਂ ਬਗੈਰ ਤੁਸੀਂ ਮਿਹਨਤ ਨਹੀਂ ਲਾ ਸਕਦੇ, ਯਾਨੀ ਇਹ ਜਿਹੜੀ ਤੁਹਾਨੂੰ ਮੈਂ ਖੁਰਾਕ ਦੱਸਣਾ ਪਿਆ, ਇਸ ਖੁਰਾਕ ਖਾਣ ਦੇ ਦੌਰਾਨ ਮੈਂ 2,500 ਬੈਠਕ ਲਾਉਂਦਾ ਸਾਂ ਸੁਬਹਾ, ਨਾਲ 1,500 ਡੰਡ ਲਾਉਂਦਾ ਸਾਂ, ਅਤੇ ਫਿਰ ਤਕਰੀਬਨ ਕੋਈ 6-7 ਕਿਲੋਮੀਟਰ ਰਨਿੰਗ ਕਰਨਾ ਸਾਂ ਨਾਲ, ਇਹ ਇੱਕ ਦਿਨ ਦੀ ਸੁਬਹਾ ਦੀ ਸਾਡੀ ਟ੍ਰੇਨਿੰਗ ਹੁੰਦੀ ਸੀ, ਫਿਰ ਜਿਹੜੀ PT ਐਕਸਰਸਾਈਜ਼ ਹੈ ਵੱਖਰੀ, ਸਪਰਿੰਟਾਂ ਵੱਖਰੀਆਂ, ਸਾਰਾ ਕੁਛ ਮਿਲਾ ਕੇ, ਇਹ ਤਾਂ ਕਰਕੇ ਜਾ ਕੇ ਫਿਰ ਇੰਨੀ ਖੁਰਾਕ ਖਾਣ ਤੋਂ ਬਾਅਦ ਬੰਦਾ ਸ਼ਾਮ ਦੇ ਟਾਈਮ ਵੀ ਦੁਬਾਰਾ ਰੈਡੀ ਹੁੰਦਾ ਕਿ ਮੈਂ ਦੁਬਾਰਾ ਫਿਰ ਵਰਜਿਸ਼ ਕਰਨੀ, ਅਗਰ ਤੁਹਾਡੀ ਖੁਰਾਕ ਅੱਛੀ ਨਹੀਂ ਸ਼ਾਮ ਨੂੰ ਤੁਸੀਂ ਟ੍ਰੇਨਿੰਗ ਨਹੀਂ ਕਰ ਸਕਦੇ ਇੰਨੀ ਸਖ਼ਤ ਟ੍ਰੇਨਿੰਗ ਕਰਨ ਤੋਂ ਬਾਅਦ।
ਅੱਛਾ ਇਸ ਗੱਲ ਚ ਕਿੰਨੀ ਕੁ ਸੱਚਾਈ ਹੈ ਜਾਂ ਕਹਿੰਦੇ ਨੇ ਕਿ ਭਲਵਾਨ ਬੁੱਢੀ ਉਮਰ ਚ ਆ ਕੇ ਗਿੱਟੇ ਗੋਡੇ ਰਹਿ ਜਾਂਦੇ ਨੇ ਇੰਨੀ ਐਕਸਰਸਾਈਜ਼ ਜਾਂ ਖੁਰਾਕਾਂ ਖਾ ਕੇ? ਇਹ ਬਿਲਕੁਲ ਗਲਤ ਗੱਲ ਹੈ। ਗੋਡੇ ਗਿੱਟਿਆਂ ਤੋਂ ਤੇ ਖੈਰ ਅੱਜ ਕੱਲ ਜਿਹੜਾ ਮਾਹੌਲ ਜਾਂਦਾ ਪਿਆ ਉਂਝ ਹੀ 50 ਸਾਲ ਤੋਂ ਬਾਅਦ ਹਰ ਬੰਦੇ ਨੂੰ ਚਾਹੇ ਉਹ ਵਰਜਿਸ਼ ਕਰਦਾ ਨਹੀਂ ਕਰਦਾ ਪੂਰੀ ਦੁਨੀਆਂ ਦੇ ਉੱਤੇ ਉਹਨਾਂ ਦੇ ਗੋਡੇ ਗਿੱਟੇ ਉਂਝ ਹੀ ਅਕਸਰ ਆਈ ਜਾਂਦੇ ਨੇ। 60 ਸਾਲ ਤੋਂ ਬਾਅਦ ਉਂਝ ਬੰਦਾ ਮੁੱਕ ਜਾਂਦਾ। ਤੇ ਮੈਂ ਜਿਹੜੇ ਭਲਵਾਨਾਂ ਦੇ ਨਾਲ ਅਸੀਂ ਬੈਠੇ ਹਾਂ ਅਸੀਂ ਵੇਖਿਆ ਬਜ਼ੁਰਗਾਂ ਭਲਵਾਨਾਂ ਨੂੰ ਉਹਦੇ 80-85 ਸਾਲ ਤੱਕ ਬਿਲਕੁਲ ਤੰਦਰੁਸਤ 90 ਸਾਲ ਤੱਕ ਤੁਰਦੇ ਨੇ ਨੱਸਦੇ ਭੱਜਦੇ ਰਹੇ ਨੇ। ਤੇ ਕੁਛ ਜ਼ਰੂਰੀ ਨੀ ਕਿ ਭਲਵਾਨਾਂ ਦੇ ਗੋਡੇ ਕਿੱਡੇ ਦਰਦ ਕਰਦੇ ਨੇ, ਇਹ ਗੱਲ ਗਲਤ ਹੈ। ਭਲਵਾਨਾਂ ਦੀ ਜਿਹਦੀ ਸਿਹਤ ਤੇ ਜਿਹਦੀ ਲੰਮੀ ਉਮਰ ਭਲਵਾਨਾਂ ਦੀ ਹੁੰਦੀ ਏਡੀ ਉਮਰ ਕਿਸੇ ਦੀ ਹੁੰਦੀ ਨਹੀਂ। ਅੱਛਾ ਤੁਹਾਨੂੰ ਕੋਈ ਭਲਵਾਨੀ ਦਾ ਕੋਈ ਫਨੀ ਵਾਕਿਆ ਕੋਈ ਯਾਦ ਹੈ? ਕੋਈ ਭਲਵਾਨੀ ਜਿਹੜੇ ਬੜੇ ਬੜੇ ਫਨੀ ਵਾਕਿਆਤ ਹੁੰਦੇ ਨੇ, ਐਸੇ ਵਾਕਿਆਤ ਵੀ ਹੋਏ ਨੇ ਕਿ ਅਸੀਂ ਕੈਂਪ 'ਚ ਟ੍ਰੇਨਿੰਗ ਕਰ ਰਹੇ ਸਾਂ ਤੇ ਕਿ ਸਾਡਾ ਪਾਕਿਸਤਾਨ ਦਾ ਬੜਾ ਅੱਛਾ ਪਹਿਲਵਾਨ ਉਹਦਾ ਨਾਂ ਨਹੀਂ ਲੈਣਾ ਮੈਂ, ਉਹ ਰਨਿੰਗ ਦੌਰਾਨ ਰਨਿੰਗ ਕਰਦੇ ਆ ਉਹਨੇ ਇਹ ਦਿਨ ਸਨ ਗਰਮੀ ਸੀ ਉਹਨੇ ਕਿਤੇ 2-2.5 ਕਿਲੋ ਅੰਬ ਖਾ ਲਿਆ। ਅੰਬ ਖਾ ਕੇ ਉਹਨੇ ਦੁਪਹਿਰ ਦੇ ਟਾਈਮ 5 ਮਿੰਟ ਤੋਂ ਬਾਅਦ ਰਨਿੰਗ ਸ਼ੁਰੂ ਕਰਤੀ। ਉਹ ਕੋਈ 6 ਕੁ ਚੱਕਰ ਲੱਗੇ ਉਹਨਾਂ ਗਸ਼ ਖਾ ਕੇ ਥੱਲੇ ਜਾ ਪਿਆ ਤੇ ਕੋਚ ਸਾਹਿਬ ਨੇ ਉਹਨੂੰ ਜਾ ਕੇ ਸਾਰਿਆਂ ਫੜਿਆ ਤੇ ਫੜ ਕੇ ਉਠਾਇਆ ਉਹਨੂੰ ਉਹਨੂੰ ਕਿਨਲ ਪੁੱਛਿਆ ਕਿ ਯਾਰ ਕੀ ਵਜ੍ਹਾ ਹੋਈ ਹੈ ਗਸ਼ ਖਾਣ ਦਾ? ਮੈਨੂੰ ਮੇਰੀ ਮੰਗੇਤਰ ਯਾਦ ਆ ਗਈ ਤਾਂ ਮੈਂ ਡਿੱਗ ਪਿਆ। ਤੇ ਗੱਲ ਇਹ ਗਰਦਲੀ ਵਾਕਿਆ ਤੇ ਬੇਸ਼ੁਮਾਰ ਹੁੰਦੇ ਨੇ ਤੇ ਗੱਲ ਦਾ ਇੰਜ ਭਲਵਾਨਾਂ ਚ ਵੀ ਬੜੇ ਹਸਮੁੱਖ ਬੰਦੇ ਹੋਏ ਨੇ, ਬੜੇ ਬੜੇ ਅੱਛੇ ਭਲਵਾਨ ਜਿਹੜੇ ਬੜੇ ਹਸਮੁੱਖ ਹੋਏ ਨੇ ਤੇ ਇਹ ਮਾਮਲਾ ਤੇ ਚੱਲਦੇ ਰਹਿੰਦੇ ਨੇ। ਅੱਛਾ ਭਲਵਾਨੀ ਦੇ ਜਿਹੜੇ ਮਸ਼ਹੂਰ ਦਾਅ ਨੇ ਇਹ ਕਿਹੜੇ ਕਿਹੜੇ ਦਾਅ ਨੇ ਤੇ ਸਭ ਤੋਂ ਜ਼ਿਆਦਾ ਤੁਹਾਡਾ ਪਸੰਦੀਦਾ ਦਾਅ ਕਿਹੜਾ ਜਿਹੜਾ ਤੁਸੀਂ ਸਮਝਦੇ ਹੋ ਕਿ ਕਾਫੀ ਫਾਇਦਾ ਹੋਇਆ ਤੁਹਾਨੂੰ ਉਹਦੇ ਨਾਲ? ਭਲਵਾਨੀ ਦੇ ਦਾਅ ਜਿਹੜੇ ਨਾ ਇਹ ਹਰ ਦੰਗਲ ਦੇ ਪਬਲਿਕ ਦੇਖੋ ਜਿੰਨੇ ਬੰਦੇ ਨੇ ਹਰ ਬੰਦੇ ਦਾ ਪਸੰਦੀਦਾ ਆਪਣਾ ਆਪਣੀ ਇੱਕ ਪਸੰਦ ਹੈ। ਭਲਵਾਨੀ ਦੇ ਵਿੱਚ ਜ਼ਿਆਦਾ ਮਸ਼ਹੂਰ ਧੋਬੀ ਹੈ, ਜਿਵੇਂ ਧੋਬੀ ਉਹ ਮਾਰਦੇ ਨੇ ਕੱਪੜੇ ਧੋਣ ਵਕਤ ਪੁਰਾਣੇ ਵਕਤਾਂ 'ਚ ਧੋਬੀ, ਇਹ ਧੋਬੀ ਦਾ ਦਾਅ ਹਰ ਬੰਦੇ ਦਾ ਪਸੰਦੀਦਾ ਦਾਅ ਹੈ। ਉਸ ਤੋਂ ਬਾਅਦ ਅਗਰ ਜਿੱਥੇ ਲੋਕ ਅਸ਼ ਕਰਦੇ ਨੇ ਉਹ ਦਾਅ ਪੁੱਠੀ ਦਾ ਦਾਅ ਹੈ, ਉਹ ਪਿੱਛੋਂ ਲੱਕ ਫੜ ਕੇ ਆਪਣੇ ਉੱਤੋਂ ਸੁੱਟਣਾ ਹੁੰਦਾ ਹੈ। ਉਹ ਦਾਅ ਜਿਹੜਾ ਉਹ ਉਹਨੂੰ ਹਰ ਬੰਦਾ ਪਸੰਦ ਕਰਦਾ। ਧੋਬੀ ਇੱਕ ਆਮ ਲਫ਼ਜ਼ ਇਸਤੇਮਾਲ ਹੋਣ ਵਾਲਾ ਦਾਅ ਹੈ ਜਿਹਨੂੰ ਹਰ ਬੰਦਾ ਹੀ ਸਮਝਦਾ ਹੈ ਕਿ ਯਾਰ ਧੋਬੀ ਇਹਨੂੰ ਵੱਜ ਗਈ, ਧੋਬੀ ਵਾਲਾ ਇਹਨੂੰ ਧੋਬੀ ਕਹਿੰਦੇ ਨੇ ਦਾਅ ਨੂੰ। ਤੇ ਇਸ ਤੋਂ ਇਲਾਵਾ ਮੁਲਤਾਨੀ ਦਾ ਦਾਅ ਹੈ, ਇਸ ਤੋਂ ਇਲਾਵਾ ਕਲਾ ਜੰਗ ਹੈ, ਉਸ ਤੋਂ ਇਲਾਵਾ ਫਿਰ ਢਾਕ ਵੀ ਹੈ। ਇਹ ਮੁਖਤਲਿਫ ਦਾਅ ਨੇ। ਫਿਰ ਦੇਸੀ ਕੁਸ਼ਤੀ ਦੀ ਤਿਆਰੀ ਉਹਦੇ ਲਈ ਕੁੰਡਾ ਵੀ ਹੈ, ਕੁੰਡੇ ਦਾ ਦਾਅ ਬੜਾ ਮਸ਼ਹੂਰ ਹੈ, ਲੋਕ ਗਰਦਨ ਦੇ ਗੋਡਾ ਰੱਖ ਕੇ ਉਲਟਾਉਂਦੇ ਨੇ ਚਿੱਤ ਕਰਨ ਵਾਸਤੇ ਢਾਣ ਵਾਸਤੇ। ਦਾਅ ਦੇ ਬੇਸ਼ੁਮਾਰ ਨੇ, ਹਰ ਬੰਦੇ ਦੀ ਆਪਣੀ ਪਸੰਦ ਹੈ। ਤੇ ਮੈਂ ਜਿਹੜੇ ਦਾਅ ਆਪਣੀ 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 ਪੂਰੀ ਕੈਰੀਅਰ ਦੇ ਵਿੱਚ ਜਿਹੜੇ ਮੈਂ ਦਾਅ ਜ਼ਿਆਦਾ ਲਾਉਂਦਾ ਰਿਹਾ ਉਹਨਾਂ ਦੇ ਵਿੱਚ ਮੈਂ ਬੰਦਿਆਂ ਦੇ ਪੱਟ ਕੱਢਣਾ ਸਾਂ, ਤੇ ਉਸ ਤੋਂ ਬਾਅਦ ਮੈਂ ਪੁੱਠੀ ਦਾ ਦਾਅ ਜਿਹੜਾ ਪਿੱਛੋਂ ਲੱਕ ਫੜ ਕੇ ਆਪਣੇ ਤੋਂ ਲਿਆ ਕੇ ਸੁੱਟਣਾ, 6 ਫੁੱਟ ਉੱਤੇ ਬੰਦਾ ਜਾਂਦਾ ਚੁੱਕਿਆ ਜਾਂਦਾ, ਉਹ ਦਾਅ ਮੈਂ ਕਾਫੀ ਕੁਸ਼ਤੀਆਂ ਦੇ ਚਲਾਏ ਨੇ। ਇੱਕ ਮੇਰੀ ਕੁਸ਼ਤੀ ਵੀ ਉਹ ਹੈ ਜਿਹੜੀ ਰੁਸਤਮੇ ਕੋਲਹਾਪੁਰ ਹੋਈ ਸੀ, ਕੋਲਹਾਪੁਰ ਦੇ ਵਿੱਚ ਇੰਡੀਆ ਦੇ ਵਿੱਚ ਨਾ 2008 'ਚ, ਉਸ ਕੁਸ਼ਤੀ ਦੇ ਵਿੱਚ ਮੈਨੂੰ ਉਹਨਾਂ ਨੇ 7.5 ਕਿਲੋ ਚਾਂਦੀ ਦਾ ਗੁਰਜ ਦਿੱਤਾ ਸੀ, ਨਾ ਰੁਸਤਮੇ ਕੋਲਹਾਪੁਰ ਕੋਲਹਾਪੁਰ ਵਾਲਿਆਂ ਨੇ ਮੁਹਾਫਜ਼ ਕੇਸਰੀ ਪੂਰੇ ਇੰਡੀਆ ਦਾ ਜਿਹੜਾ ਰੁਸਤਮ ਦਾ ਖਿਤਾਬ ਦਿੱਤਾ ਸੀ ਉਹਦੇ ਵਿੱਚ ਚਾਂਦੀ ਦੀ ਗੁਰਜ ਦੇ ਨਾਲ ਮੈਨੂੰ ਇਹਨਾਂ ਨੇ ਬੈਲਟ ਦਿੱਤੀ। ਉਹਦੇ 'ਚ ਮੈਂ ਪੁੱਠੀ ਦਾ ਦਾਅ ਲਾ ਕੇ ਜਿਹੜਾ ਨਾ ਇੰਡੀਆ ਦੇ ਭਲਵਾਨ ਨੂੰ ਚਿੱਤ ਕੀਤਾ, ਜਿਹੜਾ ਅੱਜ ਵੀ ਯੂਟਿਊਬ ਦੇ ਉੱਤੇ ਬੈਸਟ ਦਾਅ ਦਾ ਸਮਝਿਆ ਜਾਂਦਾ। ਬੜੀ ਦੁਨੀਆ ਉਸ ਮੇਰੀ ਉਹ ਫਾਈਟ ਨੂੰ ਮਤਲਬ ਵੇਖਿਆ ਉਹ ਫਾਈਟ ਨੂੰ। ਅੱਛਾ ਉਮਰ ਭਾਈ, ਤੁਸੀਂ ਸਮਝਦੇ ਹੋ ਕਿ ਤੁਹਾਨੂੰ ਹਕੂਮਤ ਜਿਹੜੀ ਹੈ ਉਹ ਸਰਪ੍ਰਸਤੀ ਕਰਦੀ ਹੈ ਭਾਈ ਦੰਗਲ ਦੀ, ਦੇਸੀ ਕੁਸ਼ਤੀ ਹੋਵੇ ਜਾਂ ਗੱਦੇ ਵਾਲੀ ਕੁਸ਼ਤੀ ਹੋਵੇ? ਦੇਖੋ ਹਕੂਮਤਾਂ ਜਿਹੜੀਆਂ ਨੇ ਨਾ, ਪਾਕਿਸਤਾਨ ਹਕੂਮਤ ਜ਼ਿਆਦਾਤਰ ਤਰਜੀਹ ਦਿੰਦੀ ਹੈ ਮੈਟ ਰੈਸਲਿੰਗ ਨੂੰ ਜਿਹੜੀ ਓਲੰਪਿਕ ਦੇ ਵਿੱਚ ਖੇਡੀ ਜਾਂਦੀ। ਤੇ ਉਹਦੇ ਵਿੱਚ ਗਵਰਨਮੈਂਟ ਦੀ ਪਾਲਿਸੀ ਹੈ, ਮੁਖਤਲਿਫ ਮਹਿਕਮਿਆਂ 'ਚ ਨੌਕਰੀਆਂ ਮਿਲਦੀਆਂ ਨੇ। ਯਾਨੀ ਮੈਂ ਵੀ ਸਮਝ ਲਓ ਕਿ ਪਾਕਿਸਤਾਨ ਵਾਬਡਾ ਦੇ ਵਿੱਚ ਆ, ਕੈਪਕੋ ਗੁਰਨਾਲ ਦੇ ਵਿੱਚ ਨੌਕਰੀ ਸਾਡੀ ਵਾਬਡਾ 'ਚ, 25 ਸਾਲ ਮੇਰੀ 24 ਸਾਲ ਸਰਵਿਸ ਵੀ ਹੋ ਗਈ ਹੈ। ਤੇ ਗੌਰਮੈਂਟ ਤੇ ਬੜੀਆਂ ਅੱਛੀਆਂ ਸਹੂਲਤਾਂ ਦਿੰਦੀ ਹੈ, ਮਗਰ ਪਾਕਿਸਤਾਨ ਦਾ ਵਿੱਚ ਇੱਕ ਹੀ ਪ੍ਰੋਬਲਮ ਹੈ, ਜਿਹੜੀ ਸਪੋਰਟਸ ਦੇ ਵਿੱਚ ਬੜੇ ਬੜੇ ਵੱਡੇ ਫੰਡ ਵੀ ਨੇ। ਇੱਕ ਪ੍ਰੋਬਲਮ ਹੈ ਕਿ ਪਲੇਅਰ ਤੱਕ ਪੈਸਾ ਪਹੁੰਚਦੇ ਆ, ਯਾਨੀ 1000 ਹੈ ਤੇ ਉਹਦਾ ਪਹੁੰਚਦੇ ਆ 50 ਰੁਪਏ ਰਹਿ ਜਾਂਦੇ। ਇਹ ਸਾਡਾ ਸਭ ਤੋਂ ਵੱਡਾ ਦਰੀਨਾ ਜਿਹੜਾ ਪ੍ਰੋਬਲਮ ਹੈ ਉਹ ਕਰਪਸ਼ਨ ਹੈ, ਕਿਉਂਕਿ ਕੋਈ ਵੀ ਫੀਲਡ ਐਸੀ ਨਹੀਂ ਜਿਹੜੀ ਕਰਪਸ਼ਨ ਤੋਂ ਬਚੀ ਹੋਵੇ, ਪਾਕ ਹੋਵੇ। ਤੇ ਲਿਹਾਜ਼ਾ ਸਪੋਰਟਸ ਐਸਾ ਫੀਲਡ ਹੈ ਇਹਦੇ ਸਭ ਤੋਂ ਜ਼ਿਆਦਾ ਕਰਪਸ਼ਨ ਹੁੰਦੀ ਹੈ,
ਇਹਦੇ ਵਿੱਚ ਮਿਸਾਲ ਤੌਰ 'ਤੇ ਤੁਸੀਂ ਲੈ ਲਓ, ਇੱਕ ਵਕਤ ਸੀ ਕਿ ਪੰਜਾਬ ਗਵਰਨਮੈਂਟ ਨੇ ਦੰਗਲ ਅਰੇਂਜ ਕੀਤਾ, ਉਹਦੇ ਭਲਵਾਨਾਂ ਦੇ ਨਾਲ ਤੈਅ ਕੀਤਾ, ਤੁਹਾਨੂੰ ਕਿਸੇ ਨੇ ਕੋਈ 50,000 ਲਿਆ, ਕਿਸੇ ਨੇ 1,00,000 ਲਿਆ, ਜਿਹੜਾ 50,000 ਵਾਲਾ ਕਿਹਾ ਉਹ 50,000 ਵਾਲਾ ਭਲਵਾਨ ਸੀ, ਉਹਨੂੰ ਕਿਹਾ ਯਾਰ ਤੈਨੂੰ ਅਸੀਂ 50,000 ਹੀ ਦਿਆਂਗੇ, ਮਗਰ ਤੂੰ ਸਾਈਨ ਜਿੱਤੇ ਸੀ ਕਹਾਂਗੇ ਤੂੰ ਕਰ ਦੇਣੇ ਨੇ, ਅੱਗੇ 1,50,000 ਅਮਾਉਂਟ ਪਈ ਸੀ। ਯਾਨੀ ਭਲਵਾਨੀ ਦੇ ਨਾਂ ਦੇ ਉੱਤੇ ਵੀ ਕਰਪਸ਼ਨ ਜਿਹੜੀ ਨਾ ਉਹ ਹੋ ਰਹੀ ਹੈ। ਤੇ ਗੱਲ ਜਿੰਨੀ ਦੇਰ ਤੀਕਰ ਇਹ ਚੀਜ਼ ਮੁੱਕੇਗੀ ਨਹੀਂ, ਓਨੀ ਦੇਰ ਤੀਕਰ ਕੋਈ ਵੀ ਗੇਮ ਕੋਈ ਵੀ ਫੀਲਡ ਤਰੱਕੀ ਨਹੀਂ ਕਰ ਸਕਦਾ। ਤੁਸੀਂ ਜਿਹੜੇ ਯੰਗ ਭਲਵਾਨ ਨੇ ਜਾਂ ਜੇ ਕੋਈ ਬੱਚੇ ਨੇ ਜਿਹੜੇ ਭਲਵਾਨੀ ਸ਼ੁਰੂ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਉਹਨਾਂ ਸੇ ਮੈਸੇਜ ਇਹ ਹੀ ਹੈ ਕਿ ਜੇ ਭਲਵਾਨੀ ਬੜੀ ਅੱਛੀ ਗੇਮ ਹੈ, ਇਹਨੂੰ ਅੱਜ ਕੱਲ ਦਾ ਜਿਹੜਾ ਦੌਰ ਹੈ ਮੁਸ਼ਕਿਲ ਦੌਰ ਦੇ ਵਿੱਚ ਅਗਰ ਕੋਈ ਕਰਦਾ ਉਹ ਅੱਛਾ ਪਹਿਲਵਾਨ ਅਗਰ ਬਣਦਾ ਹੈ ਤੇ ਉਹ ਪਾਕਿਸਤਾਨ ਦਾ ਖੁਸ਼ਹਾਲ ਤਰੀਨ ਬੰਦਾ ਹੋਏਗਾ, ਸਪੋਰਟਸਮੈਨ ਚੋਂ ਖੁਸ਼ਹਾਲ ਤਰੀਨ ਹੋਏਗਾ, ਕਿਉਂਕਿ ਗੇਮ ਐਸੀ ਹੈ, ਇਹਨੇ ਬੜੀ ਕਰਵਟ ਲਈ ਹੈ, ਜਿਹੜੇ ਬੰਦਾ ਗੌਰਮੈਂਟ ਦੀਆਂ ਪਾਲਿਸੀਆਂ ਬੜੀਆਂ ਵੱਡੀਆਂ ਹੋ ਗਈਆਂ ਨੇ, ਕੁਸ਼ਤੀ ਐਸੀ ਜਿਹਦੇ ਸਭ ਤੋਂ ਜ਼ਿਆਦਾ ਚਾਂਸ ਨੇ ਮੈਡਲ ਜਿੱਤਣ ਦੇ ਬਾਹਰ ਦੇ ਇੰਟਰਨੈਸ਼ਨਲ ਮੁਕਾਬਲੇ 'ਚੋਂ, ਅਤੇ ਪਾਕਿਸਤਾਨ ਦੀ ਤਰੀਖ ਹੈ ਜੇ ਅਗਰ ਕਿਸੇ ਗੇਮ ਨੇ ਸਭ ਤੋਂ ਜ਼ਿਆਦਾ ਮੈਡਲ ਜਿੱਤੇ ਨੇ ਉਹ ਰੈਸਲਿੰਗ ਹੈ। ਪਾਕਿਸਤਾਨ ਨੇ ਕਾਮਨਵੈਲਥ ਏਸ਼ੀਅਨ ਗੇਮਸ, ਉਸ ਤੋਂ ਇਲਾਵਾ ਵਰਲਡ ਓਲੰਪਿਕ ਦਾ ਵੀ ਜਿਹੜਾ ਪਾਕਿਸਤਾਨ ਦਾ ਇੱਕ ਹੀ ਮੈਡਲ ਹੈ ਇੰਡੀਵਿਜੁਅਲ, ਉਹ ਰੈਸਲਿੰਗ ਦਾ ਬਰੌਂਜ਼ ਮੈਡਲ 1960 ਬਸ਼ੀਰ ਪਹਿਲਵਾਨ ਤੋਂ ਵੀ ਲਿਆ ਸੀ। ਤੇ ਗੱਲ ਉਹ ਇਹ ਜਿਹੜੇ ਜਿਹੜੀ ਭਲਵਾਨੀ ਹੈ, ਅਗਰ ਕੋਈ ਵੀ ਬੱਚਾ ਅੱਛੇ ਤਰੀਕੇ ਨਾਲ ਜਾਂ ਕੋਈ ਵਾਲਦੈਨ ਆਪਣੇ ਬੱਚੇ ਨੂੰ ਕਰਾਉਣਗੇ, ਉਹਦਾ ਮੁਸਤਕਬਿਲ ਬਹੁਤ ਅੱਛਾ ਹੋਏਗਾ। ਇੱਕ ਤਾਂ ਨੌਕਰੀ ਬੜੀ ਅੱਛੀ ਮਿਲੇਗੀ, ਇਹ ਫਿਰ ਗੌਰਮੈਂਟ ਦੀ ਪਾਲਿਸੀ ਦੇ ਮੁਤਾਬਕ ਬਾਹਰੋਂ ਜਿੱਤਣ ਨਾਲ ਪੈਸੇ ਬੜੇ ਅੱਛੇ ਮਿਲਣਗੇ। ਤੇ ਉੱਪਰ ਪਹਿਲਵਾਨ, ਪਹਿਲਵਾਨੀ ਐਸੀ ਗੇਮ ਹੈ, ਇਹਦੇ 'ਚ ਛੋਟਾ ਭਲਵਾਨ ਵੀ ਅਗਰ ਸਹੀ ਤਰੀਕੇ ਨਾਲ ਭਲਵਾਨੀ ਕਰਦਾ ਨਾ ਪਿਆ, ਉਹ ਵੀ ਭੁੱਖਾ ਨਹੀਂ ਮਰਦਾ। ਉਹ ਵੀ ਆਮ ਅਗਰ ਕੋਈ ਮੁਲਾਜ਼ਮ 15,000 ਜਾਂ 20,000 ਤਨਖਾਹ ਲੈਂਦਾ, ਤੇ ਅਗਰ ਭਲਵਾਨੀ ਕਰਨ ਵਾਲਾ ਬੰਦਾ ਹਰ ਜਗ੍ਹਾ ਤੇ ਹਰ ਜੁਮੇ ਘੁਲੇ ਜਾਂ ਹਫ਼ਤੇ ਦੋ ਕੁਸ਼ਤੀਆਂ ਘੁਲੇ, ਉਹ 60,000 ਰੁਪਏ ਮਹੀਨਾ ਕਮਾ ਸਕਦਾ। ਭਲਵਾਨ ਤਾਂ ਭੁੱਖਾ ਮਰਦਾ ਨਹੀਂ, ਅਗਰ ਭਲਵਾਨੀ ਕਰਨ ਵਾਲਾ ਬੰਦਾ ਕੁਸ਼ਤੀ ਘੁਲਣ ਦਾ ਸ਼ੌਕ ਜਿਹਨੂੰ ਹੋਵੇ, ਯਾਨੀ ਜੀਦਾਰੀ ਹੋਵੇ ਉਹਦੇ ਤੇ ਕਿ ਮੈਂ ਘੁਲਣਾ, ਉਹਦੇ ਸੱਤੇ ਹੀ ਖੈਰਾਂ ਨੇ। ਯਾਨੀ ਜਿਵੇਂ ਤੁਹਾਡੇ ਇੰਗਲੈਂਡ ਦੇ ਆਪਣਾ ਸਿੱਖਾਂ ਦੇ ਮੇਲੇ ਹੁੰਦੇ ਨੇ, ਮੈਂ ਉਹ ਮੇਲਿਆਂ 'ਚ ਆ ਕੇ ਲੜਿਆ, ਕਈ ਐਸੇ ਮੇਲੇ ਹਨ ਜਿਹਦੇ 'ਚ ਮੇਰੇ ਨਾਲ ਘੁਲਦਾ ਕੋਈ ਨਹੀਂ ਸੀ, ਤੇ ਮੈਂ ਜਾ ਕੇ ਐਲਾਨ ਕਰਦਾ ਹਾਂ ਕਿ ਜਿਹੜਾ ਦਿਲ ਕਰਦਾ ਮੇਰੇ ਨਾਲ ਘੁਲ ਲਵੇ। ਫਿਰ ਵਿੱਚੋਂ ਕਈ ਵਾਰੀ ਇੱਕ ਦੋ ਵਾਰੀ ਗੋਰੇ ਵੀ ਨਿਕਲ ਆਏ, ਫਿਰ ਇੱਕ ਦੋ ਵਾਰੀ ਸਿੱਖ ਵੀ ਨਿਕਲ ਆਏ, ਮਤਲਬ ਕਾਫੀ ਮੇਲਿਆਂ ਦੇ ਵਿੱਚ ਜਿਹੜੀ ਨਾ ਮੈਨੂੰ ਉੱਥੇ ਕਿਧਰੇ 400 ਪਾਉਂਡ ਮਿਲ ਜਾਣਾ, ਕਿਧਰੇ 100 ਪਾਉਂਡ ਮਿਲਣਾ, ਕਿਧਰੇ 200 ਪਾਉਂਡ ਮਿਲਣਾ, ਕਿਧਰੇ ਵੱਡਾ ਕੱਪ ਉਹਨਾਂ ਨੇ ਦੇਣਾ, ਇੰਝ ਕਰਕੇ ਪੈਸੇ ਵੀ ਬੜੇ ਅੱਛੇ ਮਿਲ ਜਾਂਦੇ ਹਨ। ਫਿਰ ਅਸੀਂ ਉਹ ਹੁੰਦਾ ਸੀ ਕਿ ਉਹ ਭਲਵਾਨ ਜਿਹੜਾ ਜਿੱਤਣ ਵਾਲਾ ਹੁੰਦਾ ਸੀ, ਉਹਨੂੰ ਕਹਿੰਦੇ ਤੁਸੀਂ ਚੱਕਰ ਲਾਓ ਪੂਰੇ ਗਰਾਊਂਡ ਦਾ ਸਰਕਲ ਜਾਓ, ਉਹਦੇ ਲਈ ਫਿਰ ਲੋਕ ਵੀ ਜਿਹੜੇ ਪਿਆਰ ਮੁਹੱਬਤ ਚਾਹਤ ਰੱਖਣ ਵਾਲੇ ਹੁੰਦੇ ਨੇ, ਕੋਈ 10 ਪਾਉਂਡ ਦੇ ਰਿਹਾ, ਕੋਈ 5 ਪਾਉਂਡ ਦੇ ਰਿਹਾ, ਕੋਈ ਇੰਝ ਕਰਕੇ ਕਾਫੀ ਜਿਹੜੇ ਨਾ ਪੈਸੇ ਵੀ ਬਣ ਜਾਂਦੇ ਸਨ। ਇੱਕ ਭਲਵਾਨਾਂ ਦੇ ਵਿੱਚ ਕਬੱਡੀ ਵਾਲਿਆਂ 'ਚ ਰਵਾਇਤ ਹੈ, ਕੁਛ ਆ ਖੇਡਣ ਵਾਲ ਨੂੰ ਪਬਲਿਕ ਫਿਰ ਆਪਣੇ ਹੱਥੋਂ ਹੀ ਪੈਸੇ ਦੇਂਦੀ ਕਿ ਸਾਡੇ ਕੋਲ ਆਵੇ ਰਹਾਉਣ ਲਾਏ, ਫਿਰ ਉਹਨੂੰ ਅਸੀਂ ਪੈਸੇ ਦੇਈਏ। ਤੇ ਇੰਗਲੈਂਡ ਦੇ ਜਿਹੜੇ ਮੇਲੇ ਨੇ ਸਿੱਖਾਂ ਦੇ, ਉਹਨਾਂ ਦੇ ਵਿੱਚ ਤੇ ਮੈਂ ਕਾਫੀ ਕੁਸ਼ਤੀਆਂ ਲੜਨ ਤੋਂ ਬਾਅਦ ਕਾਫੀ ਪੈਸੇ ਵੀ ਉੱਥੇ, ਮਤਲਬ ਬੜਾ ਅੱਛਾ ਗੁਜ਼ਾਰਾ ਹੋ ਜਾਂਦਾ ਸੀ। ਯਾਨੀ ਕੰਮ ਨਹੀਂ ਸੀ ਕਰਨਾ ਪੈਂਦਾ ਪੂਰਾ ਮਹੀਨਾ, ਇੱਕ 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 ਦੰਗਲ ਲੜ ਲਓ ਤੇ ਇੱਕ ਮੇਲਾ ਲੜ ਲੈਂਦੇ ਹਾਂ ਜੀ। ਤੁਸੀਂ ਤੇ ਇੰਗਲੈਂਡ ਆਉਂਦੇ ਰਹੇ ਹੋ ਮੁਕਾਬਲੇ ਲੜਨ ਵਾਸਤੇ, ਗੋਰੇ ਤੇ ਬੜੇ ਐਪਰੀਸ਼ੀਏਟ ਕਰਦੇ ਸਨ, ਗੋਰੀਆਂ ਵੀ ਕਰਦੀਆਂ ਸਨ ਐਪਰੀਸ਼ੀਏਟ? ਦੇਖੋ ਉਦੋਂ ਜਦੋਂ ਉਦੋਂ ਵੂਮੈਨ ਮਤਲਬ ਰੈਸਲਿੰਗ ਨਹੀਂ ਸੀ ਹੈ, ਗੋਰੀਆਂ ਲਾਜ਼ਮੀ ਗੱਲ ਹੈ, ਜਦੋਂ ਬੰਦਾ ਤਗੜਾ ਵੀ ਹੋਏਗਾ ਚੈਂਪੀਅਨ ਵੀ ਹੋਏਗਾ ਤੇ ਫਿਰ ਉਹ ਹਰ ਫੀਲਡ ਹਰ ਤਬਕੇ ਦੇ ਲੋਕ ਫਿਰ ਉਹਨੂੰ ਪਸੰਦ ਕਰਦੇ ਨੇ, ਚਾਹੇ ਗੋਰੀ ਹੋਵੇ ਗੋਰਾ ਹੋਵੇ ਚਾਹੇ ਜੋ ਕਿਸ ਕਿਸਮ ਦਾ ਵੀ ਕੋਈ ਹੋਵੇ ਫਰਦ ਹੋਵੇ। ਤੇ ਉੱਥੇ ਤੁਹਾਨੂੰ ਪਤਾ ਹੈ ਉਹ ਆਪਣਾ ਇੰਗਲੈਂਡ ਖੁੱਲ੍ਹਾ ਸਾਰਾ ਬੜਾ ਐਡਵਾਂਸ ਕੰਟਰੀ ਸੀ, ਬੜਾ ਕਿਨਲ ਦਾ ਅੱਛਾ ਮਾਹੌਲ ਸੀ ਉੱਥੇ ਵੀ, ਤੇ ਮਾਮਲਾ ਜਿਹੜੇ ਨੇ ਉੱਥੇ ਮਤਲਬ ਐਂਜੀ ਸਨ, ਗੋਰੇ ਵੀ ਦਾਵਤਾਂ ਕਰਦੇ ਸਨ ਘਰਾਂ 'ਚ, ਸਿੱਖ ਵੀ ਕਰਦੇ ਸਨ, ਫਿਰ ਮੁਸਲਮਾਨ ਤੇ ਚਲੋ ਸਾਡੇ ਜਿਹੜੇ ਹੈ ਸਨ ਯਾਰ ਦੋਸਤ ਉਹ ਵੀ ਕਰਦੇ ਸਨ ਸਾਰੇ ਮਾਮਲਾ। ਤੇ ਭਲਵਾਨ ਕਿਉਂਕਿ ਉੱਥੇ ਇੰਨੀ ਸਾਡੀ ਕਮਿਊਨਿਟੀ ਕਰਦੀ ਨਹੀਂ ਸੀ, ਅਸੀਂ ਬੜਾ ਲੋਕਾਂ ਨੇ ਸ਼ੌਕ ਪਾਇਆ ਮਾਨਚੈਸਟਰ ਰਹਿ ਕੇ ਵੀ, ਮੈਂ ਲੰਡਨ ਰਹਿ ਕੇ ਵੀ, ਤੇ ਕਿ ਲੋਕ ਸਾਡੇ ਨਾਲ ਆ ਕੇ ਅਟੈਚ ਹੋਣ, ਆਪਣੇ ਬੱਚਿਆਂ ਨੂੰ ਗੇਮ ਕਰਾਉਣ, ਆਪਣੇ ਬੱਚਿਆਂ ਨੂੰ ਆਪਣਾ ਭਲਵਾਨੀ ਕਰਾਉਣ। ਅੱਛਾ ਉਮਰ ਭਾਈ, ਕੁਛ ਛੋਟੇ ਛੋਟੇ ਕੁਐਸਚਨ ਨੇ, ਰੈਪਿਡ ਫਾਇਰ ਕੁਐਸਚਨ, ਇਹਨਾਂ ਦਾ ਛੋਟੇ ਛੋਟੇ ਜਵਾਬ ਚਾਹੀਦੇ ਨੇ ਜੀ। ਤੁਹਾਡੀ ਫੇਵਰਿਟ ਫਿਲਮ? ਫੇਵਰਿਟ ਫਿਲਮ ਵੇਖਣ ਤੇ ਪਹਿਲੋਂ ਬਰੇਵਹਾਰਟ ਸੀ, ਇੰਗਲਿਸ਼ ਮੂਵੀ, ਉਹ ਅਸੀਂ ਆਪਣਾ ਮੈਂ ਕਾਫੀ ਦਫਾ ਵੇਖੀ। ਹੁਣ ਜਿਹੜਾ ਉਸ ਤੋਂ ਬਾਅਦ ਜਦੋਂ ਆਇਆ ਉਰਤੁਗਲ ਡਰਾਮਾ ਆਇਆ, ਉਰਤੁਗਲ ਡਰਾਮਾ ਵੇਖਿਆ, ਇਹ ਮੋਸਟ ਫੇਵਰਿਟ। ਉਸ ਤੋਂ ਬਾਅਦ ਮੇਰੇ ਖਿਆਲ ਨਾਲ ਅੱਜ 4 ਮਹੀਨੇ 3 ਮਹੀਨੇ ਹੋ ਗਏ ਨੇ ਮੈਂ ਉਹਨੂੰ ਯੂਟਿਊਬ ਦੇ ਉੱਤੇ
ਆਪਣਾ ਪ੍ਰੋਪਰ ਵੇਖਿਆ ਤੇ ਉਹ ਉਸ ਤੋਂ ਬਾਅਦ ਮੇਰਾ ਕੋਈ ਕੋਈ ਚੀਜ਼ ਵੇਖਣ ਦੇ ਦਿਲ ਨਹੀਂ ਕੀਤਾ। ਅੱਛਾ, ਤੁਹਾਡਾ ਫੇਵਰਿਟ ਸੌਂਗ? ਇੱਕ ਪੰਜਾਬੀ ਗਾਣਾ ਸੀ ਨੂਰਜਾਂ ਦਾ, ਛੱਡ ਝਗੜੇ ਤੇ ਕਰੀਏ ਪਿਆਰ, ਕੀ ਦਮ ਦੇ ਭਰੋਸਾ ਯਾਰ ਦਮ ਆਵੇ ਨਾ ਆਵੇ। ਇਹ ਗਾਣਾ ਅਕਸਰ ਕਦੀ ਸੁਣ ਲਈਦਾ ਸੀ ਇਹਨੂੰ। ਅੱਛਾ, ਅਗਰ ਤੁਹਾਡੀ ਲਾਈਫ ਤੇ ਫਿਲਮ ਬਣੇ ਤੇ ਤੁਸੀਂ ਹੀਰੋ ਹੋ ਤਾਂ ਕੀ ਸਮਝ ਕੇ ਕੜੀ ਹੀਰੋਇਨ ਤੁਹਾਡੇ ਨਾਲ ਹੋਣੀ ਚਾਹੀਦੀ ਹੈ? ਉਹ ਜਿਹੜਾ ਵਕਤ ਜਦੋਂ ਇਹ ਕੰਮ ਹੋਏਗਾ ਤੇ ਫਿਰ ਉਸ ਵਕਤ ਜਿਹੜਾ ਕੋਈ ਮੁਯਸਰ ਹੋਏਗਾ ਬੰਦਾ ਉਹਨੂੰ ਨਾਲ ਲਾ ਲੈਂਦਾ। ਇਹਦਾ ਏਡਾ ਮੁਸ਼ਕਿਲ ਕੰਮ ਹੈ, ਕੌਣ ਬਣਾਏਗਾ, ਕਿਵੇਂ ਕਰੇਗਾ, ਐਕਟਿੰਗ ਕੋ ਮਜ਼ਾਕ ਨਹੀਂ, ਬੜਾ ਸੀਰੀਅਸ ਬੜਾ ਮੁਸ਼ਕਿਲ ਕੰਮ ਹੈ ਵੀ। ਤੇ ਅਸੀਂ ਭਲਵਾਨੀ ਦੀ ਤਾਂ ਐਕਟਿੰਗ ਕਰ ਲੈਂਦੇ ਹਾਂ ਅੱਜ, ਯਾਨੀ ਭਲਵਾਨੀ ਦੀ ਅਗਰ ਕੁਸ਼ਤੀ ਫਾਈਟ ਬਣਾਉਣੀ ਪਵੇ ਉਹ ਵੀ ਆਪਣਾ ਬਣਾ ਲੈਂਦੇ, ਮਗਰ ਜਿਹੜੀ ਇਹ ਐਕਟਿੰਗ ਹੈ ਇਹਦਾ ਤੇ ਇੱਕ ਫੀਲਡ ਹੋਰ ਹੈ ਤੇ ਸਾਡੇ ਵਾਸਤੇ ਮੇਰੇ ਖਿਆਲ ਨਾਲ 10,000 ਬੈਠਕ ਲਾਉਣ ਨਾਲ ਮੁਸ਼ਕਿਲ ਕੰਮ ਹੈ। ਜਿਹੜੀ ਮੰਨ ਗਈ ਉਦੋਂ ਹੈ ਉਹਨੂੰ ਰੱਖ ਲਾਂਗੇ ਨਾਲ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ। ਕੋਈ ਐਸਾ ਪਹਿਲਵਾਨ ਹਿਸਟਰੀ ਦਾ ਤੁਹਾਡਾ ਦਿਲ ਕਰਦਾ ਹੋਵੇ ਕਿ ਯਾਰ ਕਾਸ਼ ਮੈਂ ਉਹਦੇ ਖਿਲਾਫ ਜਿਹੜਾ ਬਣਾ ਦੰਗਲ ਕੀਤਾ ਹੁੰਦਾ ਉਹਦੇ ਨਾਲ? ਹਾਂਜੀ ਬਿਲਕੁਲ, ਬੜਾ ਅੱਛਾ ਤੁਹਾਡਾ ਕੁਐਸਚਨ ਹੈ। ਇੱਕ ਇੰਡੀਆ ਦਾ ਪਹਿਲਵਾਨ ਹੋਇਆ ਪਰਵਿੰਦਰ ਸਿੰਘ ਦੁਮਚੜੀ, ਬਹੁਤ ਅੱਛਾ ਪਹਿਲਵਾਨ ਸੀ। ਉਹਨੇ 4-5 ਫਿਲਮਾਂ ਦੇ ਵਿੱਚ ਹੀਰੋ ਵੀ ਆਇਆ ਪੰਜਾਬੀ ਫਿਲਮਾਂ 'ਚ, ਗੱਭਰੂ ਪੰਜਾਬ, ਸ਼ੇਰੇ ਪੰਜਾਬ, ਇੰਡੀਆ ਦਾ ਰੁਸਤਮ ਹੋਇਆ ਉਹ। ਮੈਂ 3-4 ਦਫ਼ਾ ਮੇਰਾ ਉਹਦਾ ਆਮਣਾ ਸਾਹਮਣਾ ਹੋਇਆ, ਬੜਾ ਤਕਰਾਰ ਵੀ ਸਾਡਾ ਹੋਇਆ ਕਿ ਮੇਰੀ ਉਹਦੇ ਨਾਲ ਫਾਈਟ ਹੋਵੇ, ਮਗਰ ਉਹ ਮੇਰੇ ਨਾਲ ਫਾਈਟ ਉਹਦੀ ਮੇਰੀ ਹੋ ਨਹੀਂ ਸਕੀ, ਗੱਦੇ ਦੇ ਉੱਤੇ ਵੀ ਤੇ ਮਿੱਟੀ ਦੇ ਉੱਤੇ ਵੀ, ਬਸ ਤਕਰਾਰ 2-4 ਜਗ੍ਹਾ ਤੇ ਬੜਾ ਸਖ਼ਤ ਹੋਇਆ ਕਿ ਕਿਨਲ ਦਾ ਹੋ ਜਾਏਗੀ ਫਾਈਟ, ਮਗਰ ਨਹੀਂ ਹੋ ਸਕੀ। ਉਹ ਕੱਲਾ ਬਾਹਰ ਭਲਵਾਨ ਹੈ ਜਿਹਦੇ ਨਾਲ ਮੈਂ ਨਹੀਂ ਲੜ ਸਕਿਆ, ਬਾਕੀ ਇੰਡੀਆ ਦੇ ਤਕਰੀਬਨ ਭਲਵਾਨ ਜਿਹੜੇ ਮੇਰੇ ਵਕਤ ਦੇ ਵਿੱਚ ਸਨ, ਟਾਈਮ ਦੇ ਵਿੱਚ ਸਨ, ਉਹਨਾਂ ਨਾਲ ਮੈਂ ਤਕਰੀਬਨ ਲੜੇ ਹਾਂ ਤੇ ਉਸ ਬੰਦੇ ਨਾਲ ਮੇਰੀ ਫਾਈਟ ਨਹੀਂ ਹੋਈ ਤੇ ਮੇਰਾ ਬੜਾ ਦਿਲ ਦੀ ਤਮੰਨਾ ਹੈ ਕਿ ਮੈਂ ਉਹਦੇ ਨਾਲ ਘੁਲਦਾ। ਤੁਸੀਂ ਕੀ ਸਮਝਦੇ ਹੋ ਕਿ ਤੁਸੀਂ ਬੈਟਰ ਹਸਬੰਡ ਹੋ ਜਾਂ ਬੈਟਰ ਸਨ ਹੋ? ਦੋਵੇਂ ਸਮਝ ਲਓ ਅਲਹਮਦੁਲਿਲਾ, ਲੇਕਿਨ ਉਹਨੇ ਪੱਕਾ ਕਰ ਲੈਣਾ ਹੈ। ਨਹੀਂ ਨਹੀਂ ਕੋਈ ਮਸਲਾ ਨਹੀਂ ਹੈ, ਮੈਂ ਬੜੀ ਤਸੱਲੀ ਦੇ ਨਾਲ ਜਵਾਬ ਦੇ ਰਿਹਾ। ਅਲਹਮਦੁਲਿਲਾ ਦੋਵੇਂ ਚੀਜ਼ਾਂ ਜਿਹੜੀਆਂ ਨੇ ਦੀਨੀ ਤਕਾਜ਼ਿਆਂ ਨਾਲ ਵੀ ਤੇ ਦੁਨਿਆਵੀ ਤਕਾਜ਼ਿਆਂ ਨਾਲ ਵੀ ਇਹਨੂੰ ਮਦਦ ਨਾਲ ਰੱਖਦੇ ਨੇ ਸਾਰੇ ਮਾਮਲਾ, ਤਾਂ ਅਲਹਮਦੁਲਿਲਾ ਅੱਛੇ ਨੇ, ਬਹੁਤ ਅੱਛੇ ਨੇ। ਸਾਡੇ ਪ੍ਰੋਗਰਾਮ ਦੇ ਬਾਰੇ ਕੋਈ ਕਮੈਂਟਸ ਦੇਣਾ ਚਾਹੋ? ਨਹੀਂ, ਮਾਸ਼ਾਅੱਲਾ ਤੁਹਾਡਾ ਜਿਹੜਾ ਪ੍ਰੋਗਰਾਮ ਹੈ, ਮੈਂ ਕਾਫੀ ਤੁਹਾਡੇ ਬੰਦਿਆਂ ਦੇ ਨਾਲ ਸਪੋਰਟਸਮੈਨਾਂ ਨਾਲ ਤੁਹਾਡੇ ਪ੍ਰੋਗਰਾਮ ਵੇਖੇ ਨੇ, ਜ਼ਿਆਦਾ ਕ੍ਰਿਕਟ ਦੀ ਪਲੇਅਰ ਸਨ ਜਿਨ੍ਹਾਂ ਨਾਲ ਕ੍ਰਿਕਟ ਦੇ ਉੱਤੇ ਤੁਸੀਂ ਪ੍ਰੋਗਰਾਮ ਕੀਤੇ ਨੇ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਤੁਸੀਂ ਆਪਣਾ ਇੰਨਾ ਕੀਮਤੀ ਵਕਤ ਇੰਗਲੈਂਡ ਜਾਂ ਮੁਲਕ ਵਿੱਚ ਕੱਢ ਕੇ ਪ੍ਰੋਗਰਾਮ ਕਰਦੇ ਹੋ ਪੈ, ਤੇ ਅਗਰ ਤੁਸੀਂ ਇਹਨੂੰ ਜਾਰੀ ਸਾਰੀ ਰੱਖੋਗੇ ਮੈਂ ਸਮਝਣਾ ਕਿ ਆਉਣ ਵਾਲੇ ਵਕਤ ਦੇ ਵਿੱਚ, ਯਾਨੀ ਆਉਣ ਵਾਲਾ ਜਿਹੜਾ ਇਹਦਾ ਟਾਈਮ ਹੈ ਬੜਾ ਅੱਛਾ ਹੋਏਗਾ, ਅੱਛੇ ਅੱਛੇ ਜਿਹੜੇ ਵੱਡੇ ਪਾਕਿਸਤਾਨ ਦੇ ਜਿਹੜੇ ਦੂਸਰੀਆਂ ਗੇਮਾਂ ਦੇ ਵੀ ਮਾਇਆ ਨਾਜ਼ ਪਲੇਅਰ ਨੇ ਉਹ ਵੀ ਇਨਸ਼ਾਅੱਲਾ ਤੁਹਾਡੇ ਕੋਲ ਟਾਈਮ ਲੈਣਗੇ ਕਿ ਸਾਡਾ ਵੀ ਪ੍ਰੋਗਰਾਮ ਕਰੋ, ਤੇ ਮੈਂ ਤੁਹਾਡੇ ਵਾਸਤੇ ਦੁਆ ਕਰਾਂਗਾ ਕਿ ਤੁਸੀਂ ਇਹਨੂੰ ਜਾਰੀ ਰੱਖੋ। ਇਹ ਇੱਕ ਬੜੀ ਅੱਛੀ ਫੀਲਡ ਹੈ, ਸਪੋਰਟਸਮੈਨਾਂ ਦੇ ਤੁਸੀਂ ਇੰਟਰਵਿਊ ਕਰ ਰਹੇ ਹੋ, ਇਸ ਤੋਂ ਇਲਾਵਾ ਤੁਸੀਂ ਹੋਰ ਵੀ ਲਾਜ਼ਮੀ ਪ੍ਰੋਗਰਾਮ ਬਣਾਇਆ ਹੋਇਆ ਕਿ ਦੂਸਰੀ ਵੀ ਫੀਲਡ ਦੇ ਵਿੱਚ ਇੰਟਰਵਿਊ ਕੀਤੇ ਜਾਣ, ਤੇ ਬੜਾ ਅੱਛਾ ਕਦਮ ਹੈ ਤੇ ਇਹਦਾ ਫਾਇਦਾ ਹੀ ਫਾਇਦਾ, ਫਾਇਦਾ ਹੀ ਫਾਇਦਾ ਹਰ ਬੰਦੇ ਨੂੰ, ਕਿ ਨਾਲੇ ਨਾਲੇ ਆਪਣੀ ਦਿਲ ਦੀ ਵੀ ਗੱਲ ਕਰ ਲਏਗਾ, ਨਾਲੇ ਦੁਨੀਆ ਸੁਣ ਵੀ ਲੈਗੀ ਉਹਦੇ। ਜੀ ਬਿਲਕੁਲ, ਥੈਂਕ ਯੂ ਵੈਰੀ ਮਚ ਉਮਰ ਬਾਈ, ਤੁਸੀਂ ਟਾਈਮ ਦਿੱਤਾ ਜਨਾਬ, ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲ ਕਰਕੇ, ਤੇ ਤੁਸੀਂ ਗੁਜਰਾਂਵਾਲਾ ਦਾ ਨਾਂ ਰੋਸ਼ਨ ਕੀਤਾ, ਪਾਕਿਸਤਾਨ ਦਾ ਨਾਂ ਰੋਸ਼ਨ ਕੀਤਾ ਇੰਟਰਨੈਸ਼ਨਲ ਲੈਵਲ ਤੇ, ਤੁਹਾਡੀ ਫੈਮਿਲੀ ਨੇ, ਤੁਹਾਡੇ ਵਾਲਦ ਸਾਹਿਬ ਨੂੰ ਜਨਾਬ ਸਲਾਮ ਹੈ ਜਿਨ੍ਹਾਂ ਨੇ ਆਪਣੇ ਚਾਰੇ ਪੁੱਤਰ ਇਸ ਕੰਮ ਲਾਏ, ਤੇ ਮਾਸ਼ਾਅੱਲਾ ਤੁਸੀਂ ਬੜਾ ਨਾਮ ਰੋਸ਼ਨ ਕੀਤਾ ਤੁਹਾਡੀ ਫੈਮਿਲੀ ਦਾ, ਅੱਲਾ ਤੁਹਾਨੂੰ ਹੋਰ ਕਾਮਯਾਬੀਆਂ ਦੇਵੇ, ਖੁਸ਼ੀਆਂ ਦੇਵੇ ਜਨਾਬ। ਠੀਕ ਹੈ ਜਨਾਬ, ਥੈਂਕ ਯੂ ਵੈਰੀ ਮਚ ਸਰ, ਬੜੀ ਮਿਹਰਬਾਨੀ, ਸ਼ੁਕਰੀਆ, ਤੇ ਇਨਸ਼ਾਅੱਲਾ ਗੱਪਸ਼ਪ ਤੁਹਾਡੇ ਨਾਲ ਹੁੰਦੀ ਰਹੇਗੀ, ਤੇ ਤੁਸੀਂ ਮੇਰਾ ਯੂਟਿਊਬ ਦੇ ਉੱਤੇ ਵੇਖਣਾ ਜਿਹੜੇ ਆਪਣਾ ਰੈਸਲਿੰਗ ਦੀਆਂ ਫਾਈਟਾਂ ਨੇ, ਇੰਟਰਵਿਊਜ਼ ਨੇ, ਤੇ ਤੁਹਾਨੂੰ ਬੜਾ ਮਜ਼ਾ ਆਏਗਾ। ਮੈਂ ਵੇਖੇ ਨੇ, ਡੈਫੀਨਿਟਲੀ ਵੇਖੇ ਨੇ। ਹਾਂਜੀ ਠੀਕ, ਮੈਂ ਹੋਰ ਵੀ ਵੇਖਾਂਗਾ ਇਨਸ਼ਾਅੱਲਾ। ਚਲੋ ਠੀਕ ਹੈ, ਬੜੀ ਮਿਹਰਬਾਨੀ ਜਨਾਬ, ਸ਼ੁਕਰੀਆ, ਥੈਂਕ ਯੂ, ਸ਼ੁਕਰੀਆ, ਅੱਲਾ ਹਾਫਿਜ਼ ਜੀ। ਨਾਜ਼ਰੀਨ, ਤੋ ਆਪਕੋ ਕੈਸਾ ਲਗਾ ਹਮਾਰਾ ਯੇ ਪ੍ਰੋਗਰਾਮ? ਉਮੀਦ ਹੈ ਕਿ ਆਪਕੋ ਪਸੰਦ ਆਇਆ ਹੋਗਾ। ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਅਵਰ ਚੈਨਲ, ਔਰ ਆਪਣੀ ਫੀਡਬੈਕ ਸੇ ਹਮੇਂ ਜ਼ਰੂਰ ਆਗਾਹ ਕਰੇਂ ਤਾਕਿ ਹਮ ਇਸਕੋ ਔਰ ਬਿਹਤਰ ਤਰੀਕੇ ਸੇ ਕਰ ਸਕੇਂ। ਅਨਟਿਲ ਨੈਕਸਟ ਟਾਈਮ ਵਿਦ ਅ ਨਿਊ ਗੈਸਟ ਵਿਦ ਅ ਨਿਊ ਸਟੋਰੀ, ਅੱਲਾ ਹਾਫਿਜ਼।